ਤੁਸੀਂ ਵੇਖ ਰਹੇ ਹੋ ਪੰਜਾਬ ਟੂਡੇ ਨਿਊਜ਼। ਹਾਂਜੀ ਰਘਵੀਰ ਚੰਦ ਜੀ, ਕਿੱਥੇ ਰਹਿਣ ਵਾਲੇ? ਕਰਨ ਸਾਹਿਬ, ਰਾੜਾ ਸਾਹਿਬ ਜੀ। ਕੀ ਕਹਿਣਾ ਚਾਹੁੰਦੇ ਹੋ? ਅਸੀਂ ਤਾਂ ਇਹ ਕਹਿਣਾ, ਜੋ ਹੋਇਆ ਸਾਡੇ 'ਤੇ ਹਮਲਾ ਹੋਇਆ, ਇਹ ਕਾਨੂੰਨ ਨੇ ਕੀਤਾ, ਜੇਲ੍ਹ ਖੜ੍ਹੇ ਨੇ, ਉਹਨੂੰ ਸਜ਼ਾ ਮਿਲਣੀ ਚਾਹੀਦੀ ਆ। ਅਤੇ ਅਸੀਂ ਅਤੇ ਉੱਪਰ ਦੀ ਸਾਨੂੰ ਧਮਕੀਆਂ ਦਿੰਦਾ ਵੀ ਤੁਹਾਡੇ ਇਕੱਲੇ ਇਕੱਲੇ ਮੈਂਬਰ ਦਾ ਦੇਖੂੰਗਾ ਮੈਂ, ਤੁਹਾਨੂੰ ਸਾਡੀ ਰੱਖਿਆ ਕੀਤੀ ਜਾਵੇ ਅਤੇ ਇਹਦੇ 'ਤੇ ਬਣਦੀ ਕਾਰਵਾਈ ਕੀਤੀ ਜਾਵੇ। ਰਘਵੀਰ ਚੰਦ ਜੀ, ਕਿੱਥੇ ਦੇਣ ਵਾਲੇ? ਕਰਨ ਸਾਹਿਬ, ਰਾੜਾ ਸਾਹਿਬ ਦੇ ਜੀ। ਕੀ ਕਹਿਣਾ ਚਾਹੁੰਦੇ ਹੋ? ਅਸੀਂ ਤਾਂ ਇਹ ਕਹਿਣਾ, ਜੋ ਹੋਇਆ ਸਾਡੇ 'ਤੇ ਹਮਲਾ ਹੋਇਆ, ਇਹ ਕਾਨੂੰਨ ਨੇ ਕੀਤਾ, ਜੇਲ੍ਹ ਖੜ੍ਹੇ ਨੇ, ਉਹਨੂੰ ਸਜ਼ਾ ਮਿਲਣੀ ਚਾਹੀਦੀ ਆ। ਅਤੇ ਅਸੀਂ ਅਤੇ ਉੱਪਰ ਦੀ ਸਾਨੂੰ ਧਮਕੀਆਂ ਦਿੰਦਾ ਵੀ ਤੁਹਾਡੇ ਇਕੱਲੇ ਇਕੱਲੇ ਮੈਂਬਰ ਦਾ ਦੇਖੂੰਗਾ ਮੈਂ, ਤੁਹਾਨੂੰ ਸਾਡੀ ਰੱਖਿਆ ਕੀਤੀ ਜਾਵੇ ਅਤੇ ਇਹਦੇ 'ਤੇ ਬਣਦੀ ਕਾਰਵਾਈ ਕੀਤੀ ਜਾਵੇ। ਕਿੰਨੇ ਬੰਦੇ ਨੇ ਹਮਲਾ ਕੀਤਾ ਤੁਹਾਡੇ 'ਤੇ? ਚਾਰ ਪੰਜ ਪੰਜ ਬੰਦੇ ਤਾਂ ਹੈਗੇ ਹੀ ਨੇ ਜੀ। ਤੁਹਾਡੇ ਕੋਲ ਸੀਸੀ ਫੁਟੇਜ ਵਗੈਰਾ ਹੈਗੀ? ਹਾਂਜੀ ਬਿਲਕੁਲ ਹੈਗੀ ਆ ਜੀ। ਪੁਲਿਸ ਦੀ ਕਾਰਵਾਈ ਬਾਰੇ ਕੀ ਕਹੋਗੇ ਤੁਸੀਂ? ਪੁਲਿਸ ਦੀ ਕਾਰਵਾਈ ਕੱਲ੍ਹ ਨੂੰ ਅਸੀਂ 2 ਵਜੇ ਵਾਲੇ ਆ ਗਏ ਸੀ, ਹੁਣ ਤੱਕ ਸਾਡੇ ਬਿਆਨ ਤਾਂ ਹੋ ਚੁੱਕੇ, ਪਰ ਮੇਰਾ ਬਿਆਨ ਹਾਲੇ ਤੱਕ ਕੋਈ ਵੀ ਨਹੀਂ ਹੋਇਆ। ਤੁਹਾਡਾ ਬਿਆਨ ਲੈ ਕੇ ਨਹੀਂ? ਹਾਂ, ਕੋਈ ਸਾਡੇ ਕੋਲ ਉਦੋਂ ਬਾਅਦ ਸਾਡੇ ਨਾਲ ਕੋਈ ਲਿੰਕ ਨਹੀਂ ਹੈਗਾ, ਕੋਈ ਕੁਛ ਨਹੀਂ ਹੈਗਾ। ਚੱਚੋ ਵੀ ਆ ਕੇ ਚਲੇ ਗਏ ਰਾਤ, ਸਾਨੂੰ ਨਹੀਂ ਪਤਾ ਉਹ ਬੰਦੇ ਫੜੇ ਨੇ ਕਿ ਨਹੀਂ ਫੜੇ, ਅਤੇ ਸਾਨੂੰ ਤਾਂ ਲਗਾਤਾਰ ਧਮਕੀਆਂ ਦੇ ਰਹੇ ਨੇ ਵੀ ਤੁਹਾਨੂੰ ਦੇਖਾਂਗੇ ਅਸੀਂ, ਕੋਈ ਇਕੱਲੇ ਇਕੱਲੇ ਮੈਂਬਰ ਨਾਲ ਦੇਖਾਂਗੇ। ਰਾੜਾ ਸਾਹਿਬ ਦੇ ਵਿੱਚ ਇੱਕ ਸਰਪੰਚ ਅਤੇ ਇੱਕ ਉਸਦੇ ਸਾਥੀ ਦੀ ਕੁੱਟਮਾਰ ਵਿਅਕਤੀਆਂ ਵੱਲੋਂ ਹੋਈ, ਇਹਦੇ ਬਾਰੇ ਤੁਹਾਡਾ ਕੀ ਕਹਿਣਾ ਸਰ? ਸਰਪੰਚ ਨੂੰ ਉੱਥੇ ਦੇ ਲੋਕਲ ਦੁਕਾਨਦਾਰ ਹੈ ਜਸਪਾਲ ਕਾਲ, ਉਹਨਾਂ ਨਾਲ ਕੋਈ ਉਹਦਾ ਪਹਿਲਾਂ ਝਗੜਾ ਸੀ, ਜੋ ਉਹਨੇ ਉਹਦੀ ਰੰਜਿਸ਼ 'ਚ ਆ ਕੇ ਉਹਨੂੰ ਬਹਾਨੇ ਨਾਲ ਟੈਲੀਫੋਨ ਕਰਕੇ ਬੁਲਾ ਕੇ ਉੱਥੇ ਉਹਨੂੰ ਕੁੱਟਿਆ। ਉਹਦੀ ਮੈਡੀਕਲ ਰਿਪੋਰਟ ਹਾਸਲ ਹੋ ਗਈ ਸੀ, ਬਿਆਨ ਲਿਖ ਕੇ ਅਸੀਂ ਬਣ ਦੀਆਂ ਧਾਰਾ ਤਹਿਤ ਉੱਤੇ ਪਰਚਾ ਦਰਜ ਕਰ ਦਿੱਤਾ। ਉਹ ਅਤੇ ਉਹਦੇ ਅਣਪਛਾਤ ਸਾਥੀਆਂ ਦੇ ਉਹਨਾਂ ਨੂੰ ਫੜਨ ਲਈ ਰੇਡ ਕੀਤੇ ਜਾ ਰਹੇ। ਅੱਗੋਂ ਜੋ ਵੀ ਮੈਡੀਕਲ ਰਿਪੋਰਟ 'ਚ ਕੋਈ ਵਾਧਾ ਜ਼ੁਰਮ ਹੋਊਗਾ ਉਸ ਮੁਤਾਬਕ ਅੱਗੇ ਬਣਦੀ ਕਾਰਵਾਈ ਕੀਤੀ ਜਾਊਗੀ। ਸਰ ਫਿਲਹਾਲ ਕਿਹੜੀ ਕਾਰਵਾਈ ਕੀਤੀ ਹੈ ਪੁਲਿਸ? ਮੈਡੀਕਲ ਰਿਪੋਰਟ ਮੁਤਾਬਕ 323, 546, 148, 149 ਜੀ। ਕਿੰਨੇ ਮਤਲਬ ਦੋਸ਼ੀਆਂ ਨੂੰ ਨਾਮਜ਼ਦ ਕੀਤਾ ਹੁਣ ਤੱਕ? ਇੱਕ ਬਾਈ ਨੇਮ ਹੈ, 4 ਉਹਨੇ ਅਣਪਛਾਤ ਦੱਸੇ। ਹਾਂਜੀ ਸਰ, ਜਿਹੜੇ ਸਰਪੰਚ ਸਾਹਿਬ ਆਏ ਨੇ ਮਿਸਟਰ ਪ੍ਰਿੰਸ ਗਰਗ ਜੀ, ਇਹਨਾਂ ਦੀ ਕੰਡੀਸ਼ਨ ਕਿੱਦਾਂ ਦੀ ਹੈ ਅਤੇ ਇੰਜਰੀ ਵਗੈਰਾ ਕਿੱਥੋਂ ਉਹਨੇ ਹੈਗੀ ਹੈ? ਇਹਨਾਂ ਦੇ ਟੋਟਲ 7 ਇੰਜਰੀਜ਼ ਨੇ, ਅਤੇ ਜ਼ਿਆਦਾ ਪੇਨ ਨਾ ਆਪਣੀ ਲੈਫਟ ਆਰਮ ਹੈ ਜਿਹੜੀ ਅਤੇ ਐਲਬੋ, ਉਹਦੇ 'ਚ ਪੇਨ ਇਹਨਾਂ ਨੂੰ ਮਹਿਸੂਸ ਕਰ ਰਹੇ ਨੇ, ਹਜੇ ਵੀ ਐਕਸਰੇਜ਼ ਹੋ ਗਏ ਹੈਗੇ। ਪੇਸ਼ੈਂਟ ਸਟੇਬਲ ਹੈ, ਕੰਡੀਸ਼ਨ ਠੀਕ ਹੈ, ਹੁਣ ਪੇਸ਼ੈਂਟ ਰਿਕਵਰ ਕਰ ਰਹੇ। 7 ਸੱਟਾਂ ਇਹਨਾਂ ਦੇ ਲੱਗੀਆਂ ਪੂਰੇ। ਕੀ ਨਾਮ ਤੁਹਾਡਾ? ਮੇਰਾ ਨਾਮ ਜੀ ਪ੍ਰਿੰਸ ਗਰਗ, ਸਰਪੰਚ ਕਰਮ ਸਰ ਰਾੜਾ ਸਾਹਿਬ। ਅਤੇ ਕੱਲ੍ਹ ਤਕਰੀਬਨ ਜੀ 1:30 ਵਜੇ ਦੇ ਕਰੀਬ ਮੇਰੇ ਉੱਪਰ ਕੁਛ ਗੁੰਡਿਆਂ ਨੇ ਹਮਲਾ ਕੀਤਾ, ਜਿਨ੍ਹਾਂ ਵਿੱਚੋਂ ਇੱਕ ਨੂੰ ਮੈਂ ਚੰਗੀ ਤਰ੍ਹਾਂ ਪਹਿਚਾਣਦਾ। ਉਹਨਾਂ ਨੇ ਮੈਨੂੰ ਫੋਨ ਕਰਕੇ ਬੁਲਾਇਆ ਅਤੇ ਕਹਿੰਦੇ ਜੀ ਸਰਪੰਚ ਸਾਹਿਬ ਤੁਸੀਂ ਆ ਸਕਦੇ ਹੋ, ਉੱਥੇ ਐਕਸੀਡੈਂਟ ਹੋ ਗਿਆ ਜੀ। ਅਤੇ ਮੈਂ ਮੌਕਾ ਦੇਖਣ ਲਈ ਉੱਥੇ ਚਲਿਆ ਗਿਆ, ਨਾਲ ਮੇਰੇ ਚਾਚਾ ਜੀ ਰਘਵੀਰ ਚੰਦ ਜੀ ਮੇਰੇ ਨਾਲ ਸੀ, ਅਤੇ ਉਹਨਾਂ ਨੇ ਉੱਥੇ ਉਹ ਘਾਤ ਲਗਾ ਕੇ ਉੱਥੇ ਮੇਰੀ ਵੇਟ ਕਰ ਰਹੇ ਸੀਗੇ, ਅਤੇ ਮੇਰੇ 'ਤੇ ਹਮਲਾ ਕਰਨ ਦੀ ਉਹਨਾਂ ਨੇ ਪੂਰੀ ਤਿਆਰੀ ਕੀਤੀ ਹੋਈ ਸੀ। ਜਦੋਂ ਅਸੀਂ ਉੱਥੇ ਪਹੁੰਚੇ ਅਤੇ ਉਹਨਾਂ ਨੇ ਮੇਰੇ ਚਾਚਾ ਜੀ 'ਤੇ ਪਹਿਲਾਂ ਹਮਲਾ ਕੀਤਾ, ਅਤੇ ਫਿਰ ਮੈਂ ਉਹਨਾਂ ਦੇ ਬਚਾ ਲਈ। ਜਦੋਂ ਗਿਆ ਅਤੇ ਫਿਰ ਮੇਰੇ 'ਤੇ 5-6 ਗੁੰਡਿਆਂ ਨਾਲ ਮਿਲ ਕੇ ਉਹਨਾਂ ਨੇ ਫਿਰ ਤੇਜ਼ ਤਰ੍ਹਾਂ ਹਥਿਆਰਾਂ ਨਾਲ ਹਮਲਾ ਕੀਤਾ, ਜਿਹਦੀਆਂ ਕੁਛ ਰਿਕਾਰਡਿੰਗ ਸਾਡੇ ਕੋਲ ਨੇ,
ਅਤੇ ਉਹ ਅਸੀਂ ਮੌਜੂਦਾ SHO ਸਾਹਿਬ ਨੂੰ ਦਿਖਾ ਦਿੱਤੀਆਂ ਨੇ ਅਤੇ ਉਹਨਾਂ ਨੂੰ ਅਸੀਂ ਬੇਨਤੀ ਕਰਦੇ ਹਾਂ ਕਿ ਸਾਡੇ ਜੋ ਵੀ ਬਣਦੀ ਕਾਰਵਾਈ ਉਸ ਬੰਦੇ ਉੱਪਰ ਕੀਤੀ ਜਾਵੇ। ਉਹ ਬੰਦੇ ਦਾ ਨਾਮ ਜਸਪਾਲ ਸਿੰਘ ਦਿਓਲ ਕਾਲੂ ਕਹਿੰਦੇ ਨੇ, ਉਹਨੂੰ ਪਿੰਡ ਜੀਰਕ ਤੋਂ ਰਹਿੰਦਾ ਉਹ ਜੀ। ਕੀ ਕਾਰਨ ਮੰਨਦੇ ਤੁਸੀਂ ਹਮਲੇ ਦਾ ਜੀ? ਹਮਲੇ ਦਾ ਕਾਰਨ ਜੀ ਰੰਜਿਸ਼ ਹੈ ਜੀ, ਕਾਰਨ ਹਮਲੇ ਦਾ। ਅਤੇ ਕੁਛ 6 ਮਹੀਨੇ ਪਹਿਲਾਂ ਕੋਈ ਸਾਡੀ ਰੰਜਿਸ਼ ਹੋਈ ਸੀ, ਸਾਡੀ ਕੋਈ ਆਪਸ 'ਚ ਲੜਾਈ ਵੀ ਹੋਈ ਸੀ ਅਤੇ ਉਸ ਦੇ ਵਿੱਚ ਪੰਚਾਇਤੀ ਫੈਸਲਾ ਹੋ ਗਿਆ, ਉਹਨੇ ਸਾਡੇ ਤੋਂ ਗਲਤੀ ਵੀ ਮੰਨੀ ਅਤੇ ਉਹ ਫੈਸਲਾ ਸਾਡੇ ਕੋਲ ਆ। ਅਤੇ ਉਸ ਦੇ ਵਿੱਚ ਉਹਨੇ ਸਾਰੀ ਪੰਚਾਇਤ ਦੇ ਵਿੱਚ ਸਾਡੇ ਤੋਂ ਮਾਫ਼ੀ ਵੀ ਮੰਗੀ ਸੀ ਅਤੇ ਇਹ ਵੀ ਕਿਹਾ ਸੀਗਾ ਵੀ ਮੈਂ ਅੱਗੇ ਤੋਂ ਇਹਨਾਂ ਦੇ ਖਿਲਾਫ਼ ਜਾਂ ਇਹਨਾਂ ਦੇ ਨੇੜੇ ਨਹੀਂ ਪਹੁੰਚਾਂਗਾ ਅਤੇ ਜੋ ਵੀ ਕੋਈ ਜੇ ਇਹਨਾਂ ਦਾ ਕੋਈ ਨੁਕਸਾਨ ਹੋਊਗਾ ਤਾਂ ਮੈਂ ਉਹਦੀ ਪੂਰੀ ਜ਼ਿੰਮੇਵਾਰੀ ਲਵਾਂਗਾ। ਬਕਾਇਦਾ ਉਸਦੇ ਸੈਨ ਨੇ, ਉਸਦੀ ਸਾਰੀ ਪੰਚਾਇਤ ਦੇ, ਉਹਦੇ ਸਾਰੇ ਘਰਦਿਆਂ ਦੇ ਸਾਰੇ ਸੈਨ ਹੈਗੇ ਨੇ ਸਾਡੇ ਕੋਲ। ਤੁਸੀਂ ਵੇਖ ਰਹੇ ਹੋ ਪੰਜਾਬ ਟੂਡੇ ਨਿਊਜ਼। ਰੂਹਾਨੀ ਤੇ ਕਾਲੇ ਇਲਮ ਦੇ ਮਾਹਿਰ ਬੀਬੀ ਰਾਜਵਿੰਦਰ ਜੀ, ਸਾਰੀਆਂ ਸਮੱਸਿਆਵਾਂ ਦਾ ਹੱਲ 2 ਘੰਟੇ ਵਿੱਚ ਘਰ ਬੈਠੇ। ਵਸ਼ੀਕਰਨ ਕਰਨਾ, ਮੁੱਠੀਕਰਨ ਕਰਨਾ ਜਾਂ ਤੜਵਾਉਣਾ, ਵਿਦੇਸ਼ ਯਾਤਰਾ ਵਿੱਚ ਰੁਕਾਵਟ, PR ਵਿੱਚ ਰੁਕਾਵਟ, ਲਵ ਮੈਰਿਜ ਪਿਆਰ 'ਚ ਰੁਕਾਵਟ, ਜੇਕਰ ਤੁਹਾਡਾ ਪਤੀ ਪਤਨੀ ਧੀ ਭੈਣ ਭਰਾ ਕਿਸੇ ਦੇ ਵਸ਼ 'ਚ ਹਨ, ਉਸ ਤੋਂ ਛੁਟਕਾਰਾ ਮੈਂ ਦਿਲਾਵਾਂਗੀ। ਲਾਟਰੀ ਚਾਹੇ ਕੋਈ ਵੀ ਹੋਵੇ, 649 ਲੋਟੋ ਮੈਕਸ ਜਾਂ ਮੈਗਾ ਮਿਲੀਅਨ ਗਰੰਟਿਡ ਨਿਕਲੇਗੀ। ਫੋਨ ਮਿਲਾਉਂਦੇ ਹੀ ਤੁਹਾਡੀ ਜ਼ਿੰਦਗੀ ਸਵਰ ਜਾਵੇਗੀ। ਸਾਰੀਆਂ ਸਮੱਸਿਆਵਾਂ ਦਾ ਹੱਲ 1125 ਰੁਪਏ 'ਚ ਗਰੰਟੀ ਨਾਲ ਕਰਾਓ। ਕਰੋ ਸੰਪਰਕ ਬੀਬੀ ਰਾਜਵਿੰਦਰ, 81 466 7700।